ओके जी, पार्टी का समान तैयार करी जाने ते सॉरी उन्हें सारिया जेडे मास मूस नहीं खाते इदू का जो ब्लॉग है थोड़ा जा नॉन वेज होने वाला कुछ नहीं चिकन या मास या धोना बस और कुछ नहीं थोड़ी जी दुआ च आप धोके इस तो बाद थोड़ी जी आप फिश है वह भी धोवा पहला आ धो लीए मुर्गा मुर्गा दो तरह चिकन चिकन ਇਹ ਚਿਕਨ ਮੁਰਗਾ ਉਹ ਹੈਗੀ ਆ ਫਿਸ਼ ਸੰਘਾੜਾ ਫਿਸ਼ ਜਿਹੜਾ ਇਹ ਬੋਨਲੈਸ ਚਿਕਨ ਹੋਣਾ ਬੋਨਲੈਸ ਜਿਹੜਾ ਉਸਨੇ ਵਲੌਗਿੰਗ ਸੀਗਾ ਚਟਨੀ ਵਾਲਾ ਉਹਦੀ ਦਿਮਾਗ ਨੂੰ ਚੜ ਗਈ ਸੀ ਚਟਨੀ ਦੀਦੀ ਉਲਟਾ ਪੋਲਟ ਪਤਾ ਨਹੀਂ ਕੀ ਬੋਲੀ ਤੇ ਜਿਹੜਾ ਇਹ ਬੋਨਲੈਸ ਚਿਕਨ ਆ ਇਹ ਬਹੁਤ ਹੀ ਜ਼ਿਆਦਾ ਵੱਡੇ ਪੀਸ ਆ ਤੇ ਇਹਨਾਂ ਦੀ ਆਪਾਂ ਕਟਿੰਗ ਕਰ ਲਾਂਗੇ ਕਿਉਂਕਿ ਇਹ ਆਪਾਂ ਬਣਾਵਾਂਗੇ ਬਾਰਬੀਕਿਊ ਚ ਸਿੱਖਾਂ ਦੇ ਇਹ ਤਾਂ ਕੱਟ ਹੀ ਨਹੀਂ ਹੁੰਦਾ ਏ ਆ ਕੱਟ ਕੇ ਤਾਂ ਕੱਟਿਆ ਨਹੀਂ ਹੁੰਦਾ ਮੀਟ ਰਬੂ ਇਹ ਇਦਾਂ ਹੀ ਪੁੰਗੀ ਲੰਦੀ ਹੈ ਐਡਾ ਐਡਾ ਪੀਸ ਹੋ ਰਿਹਾ ਨਾ ਹਾਂ ਬਾਬੀ ਬਸ ਥੋੜੇ ਹੋਰ ਛੋਟੇ ਕਰੋ ਬਹੁਤ ਆ ਬਾਅਦ ਵਿੱਚ ਥੋੜੇ ਵਿੱਚ ਲੱਗੂਗਾ ਇਹ ਬਾਅਦ ਵਿੱਚ ਲੱਗਣਾ ਨਹੀਂ ਬੱਜਿਆ ਨਾ ਸਰ ਇਹ ਤਾਂ ਨਾ ਉਹ ਆ ਨਾ ਸਾਹ ਗਿਆ ਬਾਬੀ ਆ ਛੋਟੇ ਵੀ ਕਰੀ ਜਾਂਦੇ ਬਸ ਇਹ ਬਹੁਤ ਹੈ ਇੱਕ ਸਿੱਧਾ ਇੱਕ ਨੂੰ ਕਰ ਨਾ ਦੋ ਹੀ ਕਰੋ ਬਸ ਇਹ ਵੀ ਜੀ ਚ ਲੱਗ ਜੇ ਬਸ ਕਟਾ ਗਿਆ ਦੀ ਤਾਂ ਕੇਕ ਵਾਲਾ ਹਿਸਾਬ ਕਰੀ ਜਾਂਦੀ ਤਾਂ ਹੀ ਕਟਾ ਜਾਊਗਾ ਸਾਰੇ ਪੀਸ ਇੱਧੇ ਕਟੇ ਹੋਏ ਤੁਸੀਂ ਕੀ ਕਰੋਗੇ ਖਾਊਂਗਾ ਇਹ ਬਣਾਉਗੇ ਬਣਾਉਣਾ ਤਾਂ ਸੀ ਹਾਂ ਮੈਂ ਤਾਂ ਖਾਲੀ ਰੈਸਪੀ ਸ਼ੇਅਰ ਕਰਨੀ ਹੈ ਭਾਬੀ ਨੇ ਖਾਲੀ ਰੈਸਪੀ ਸ਼ੇਅਰ ਕਰਨੀ ਆ ਤੇ ਮੈਂ ਕੈਮਰਾ ਮੈਨ ਤੂੰ ਸਟੈਂਡ ਤੇ ਲੱਗ ਦੇ ਇਹ ਦੇਖੋ ਇਸੇ ਤਰੀਕੇ ਨਾਲ ਸਾਰੇ ਆਪਾਂ ਪੀਸ ਕੱਟ ਕਰ ਲੈਣੇ ਹਾਂ ਜੀ ਥੋੜੇ ਸਿਰ ਬਚਾ ਕੇ ਐਡੀ ਦੂਰ ਕਿਉਂ ਲਾ ਰਹੇ ਇਹਦੇ ਪਿੱਛੇ ਆ सीखा धो लो चंगा थानू नहीं कह रहा तेनू कह रहा ਇਹਨੂੰ ਬਾਹਰ ਲਾਵਾਂਗੇ ਆਪਾਂ ਠੀਕ ਹੈ ਜਾ ਅਗਲਾ ਸਮਾਈ ਦਿੰਦੀ ਲੋ ਜੀ ਆਪਣੇ ਜਿਹੜੇ ਚਿਕਨ ਦੇ ਪੀਸ ਆ ਉਹ ਸਾਰੇ ਕੱਟ ਕਰ ਲਿਆ ਮੈਂ ਤੇ ਜਿਹੜੀ ਫਿਸ਼ ਆ ਉਹ ਤਾਂ ਕੱਟੀ ਹੋਈ ਆ ਕੱਟੀ ਆ ਥੋੜੀ ਕੱਟ ਲਓ ਪਰ ਇਹਦੇ ਪੀਸ ਜ਼ਿਆਦਾ ਮੋٹے ਮੋٹے ਆ ਨਾ ਹਾਂ ਬਸ ਉਹ ਪਤਲੇ ਕਰ ਲਓ ਰੂਬ ਦੇ ਤਾਂ ਕੀ ਕਰਦੇ ਸਮੈਲ ਆਉਂਦੀ ਵੀ ਸੱਚੀ ਦੱਸੀ ਸੱਚੀ ਸੀ ਸਮੈਲ ਆਉਂਦੀ ਨਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਲਸਣ ਦਾ ਪੇਸਟ ਜਿਹੜਾ ਅਸੀਂ ਬਣਾ ਕੇ ਰੱਖਿਆ ਹੋਇਆ ਵਾ ਤੇ ਇੱਚ ਹੋਰ ਪਾਵਾਂਗੇ ਆਪਾਂ ਹਰੀ ਮਿਰਚ ਇਹਨੂੰ ਵੀ ਆਪਾਂ ਕੁੱਟ ਕੇ ਹੀ ਪਾਵਾਂਗੇ ਦੇਖੋ ਕਿੰਨਾ ਸੋਹਣਾ ਸਾਡਾ ਮਾਨ ਦਸਤਾ ਮਾਨ ਦਸਤਾ ਪਸਤਾ ਦਸਤਾ ਮਾਨ ਦਸਤਾ ਹੀ ਹੁੰਦਾ ਇਹਨੂੰ ਵੀ ਆਪਾਂ ਕੁੱਟ ਦਾਂਗੇ ਤਾਂ ਮਿਰਚੇ ਮੁੜ ਪਈਆਂ ਜੀ ਇਹ ਦੇਖੋ ਆਪਣਾ ਜਿਹੜਾ ਗ੍ਰੇਵੀ ਜੀ ਆਪਣੀ ਤਿਆਰ ਹੋ ਚੁੱਕੀ ਆ ਤੇ ਹੁਣ ਇਹਦੇ ਵਿੱਚ ਆਪਾਂ ਸਾਰੇ ਜਿਹੜੇ ਚਿਕਨ ਦੇ ਪੀਸ ਸੀ ਸਾਰੇ ਇਹਦੇ ਵਿੱਚ ਪਾ ਦਾਂਗੇ ਇਹ ਦੇਖੋ ਸਾਰਾ ਜਿਹੜਾ ਚਿਕਨ ਹੈ ਮੇਰੇ ਵਿੱਚ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ
कि जेड़ी आ ग्रेवी जी सारी इस चिकन ते कोड हो जाए। ठीक है, इस तरीके रख दिता। हूँ आप दो घंटे वास्ते इस तरीके छड़ देंगे इनू, तो फिर तुम बना के दिखाएंगे आप बनाएंगे बारबेक्यू। जेडे ये शीखा साढ़े को पीस लगा के तो बना के सेक के फिर दिखाएंगे कि किहो जिहा बनता। तो यह सारा कुछ तुम फिर बाद दिखाने, बस इन हम आप दो घंटे की स्टे दे देंगे। और किसी का मामे ना हमें साड़ी इस चीज़ का मिल गया ना, बस हम दो के दिन स्टे दे रहा हूँ। उहाड़ भी है जब चलो मारी ना देखी। ओके स्टार्टिंग हो चुकी है, बड़ी मुश्किल ना लग जगाई है सी, ते गोले जब बन गए फिर उस बाद चलते काम रखे जाना मसाले वाला। पाया सी वैसे पिछली पहली बारी, हाँ पाया सी बेसन, हाँ फिश फिश चिकन मिक्स ही है। सारा जग चुका सीखा वड्डियां दा एक फायदा भी कुर्सी ने साडे दोनों पासे रखे जांदा विचारे विचारे पीस। क्या हुआ मम्मी थोड़ी थोड़ी चिरपा करे कट दे की करी जांदे कि ज्यादा तो नहीं हो डाई बैठे मम्मी ज्यादा हो नहीं दिल उधर आड़े बैठी है साडे जान के कितने भी चार चार पैकेट तो बाद ना लाओ बोतल चक के भाजपा शराब का बुट्टा।